ਸਾਏ ਹੈ ਬਦਨਾਮੀ ਸਦਾ ਮਾਨ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੂਝਿਆ ਕੋਏ ਮਾਨ ਕਾਹਦਾ ਮਾਇਆ ਦਾ ਕਾਹਦਾ ਮਾਨ ਹੈ ਮੇਰਾ ਘਰ ਹੈ ਮੇਰਾ ਪਰਿਵਾਰ ਹੈ ਮੇਰੇ ਬੱਚੇ ਨੇ ਮੈਂ ਅਰਜ ਕਰਦਾ ਹੁੰਦਾ ਜਿੱਦਣ ਜੰਮੇ ਸਾਂ ਮਾਂ ਦਾ ਖਿਆਲ ਨਹੀਂ ਆਇਆ ਪਿਓ ਦਾ ਖਿਆਲ ਨਹੀਂ ਆਇਆ ਸਭ ਤੋਂ ਪਹਿਲਾਂ ਖਿਆਲ ਸਾਨੂੰ ਸਰੀਰ ਦਾ ਆਇਆ ਅਸੀਂ ਰੋਏ ਸਾਨੂੰ ਭੁੱਖ ਲੱਗੀ ਅਸੀਂ ਸਭ ਤੋਂ ਪਹਿਲਾਂ ਰੋਏ ਸਾਂ ਦੁੱਧ ਦੀ ਭੁੱਖ ਲੱਗੀ ਸੀ ਇਸ ਕਰਕੇ ਮਾਂ ਨੇ ਦੁੱਧ ਪਿਆਇਆ ਚੁੱਪ ਕਰ ਗਏ ਸਭ ਤੋਂ ਪਹਿਲਾਂ ਜੇ ਖਿਆਲ ਆਇਆ ਹੈ ਤੇ ਸਰੀਰ ਦਾ ਆਇਆ ਇਹ ਸਰੀਰ ਨੂੰ ਕਿੰਨਾ ਸਾਂਭ ਸਾਂਭ ਰੱਖਣੇ ਆ ਕਿੰਨਾ ਇਹਦੀ ਸਫਾਈ ਰੱਖਣੇ ਆ ਮਾਤਾ ਨਾਲ ਪਿਆਰ ਕਰਨੇ ਆ ਮਾਂ ਤੂੰ ਹੀ ਹੈ ਮੇਰੀ ਜਾਨ ਬਸ ਕਿਉਂ ਕਿਉਂਕਿ ਮਾਂ ਤੋਂ ਬਿਨਾਂ ਸਰਦਾ ਨਹੀਂ ਮਾਂ ਸਫਾਈ ਕਰਦੀ ਹੈ ਮਾਂ ਨਵਾਉਂਦੀ ਹੈ ਉਦੋਂ ਮਾਂ ਨਾਲ ਪਿਆਰ ਹੈ ਜਦੋਂ ਇਹ ਸਰੀਰ ਨੂੰ ਘਰ ਵਾਲੀ ਸਾਂਭਣ ਵਾਸਤੇ ਆ ਜਾਂਦੀ ਫਿਰ ਘਰ ਵਾਲੀ ਨੂੰ ਕਹਿੰਦਾ ਤੂੰ ਮੇਰੀ ਜਾਨ ਹੈ ਫਿਰ ਉਹਦੇ ਨਾਲ ਪ੍ਰੇਮ ਕਰਨ ਲੱਗ ਜਾਂਦਾ ਪਹਿਲਾਂ ਮਾਂ ਨਾਲ ਫਿਰ ਘਰ ਵਾਲੀ ਨਾਲ ਜਦੋਂ ਫਿਰ ਬੱਚਾ ਹੋ ਜਾਂਦਾ ਹੈ ਫਿਰ ਉਹਨੂੰ ਕਹਿੰਦਾ ਤੂੰ ਮੇਰੀ ਜਾਨ ਹੈ ਕਿਉਂਕਿ ਉਹ ਸਰੀਰ ਨੂੰ ਸਾਂਭੇਗਾ ਫਿਰ ਪੋਤਰੇ ਹੋਣਗੇ ਕਹੇਗਾ ਤੂੰ ਮੇਰੀ ਜਾਨ ਇਹ ਵੇਖੋ ਬਦਲਦਾ ਹੈ ਬੰਦਾ ਜਦੋਂ ਜਦੋਂ ਜਿਹਦੀ ਜਿਹਦੀ ਲੋੜ ਪੈਂਦੀ ਹੈ ਉਹਦੇ ਨਾਲ ਪ੍ਰੇਮ ਕਰਦਾ ਹੈ ਪਖੰਡ ਹੈ ਪ੍ਰੇਮ ਕਰਦਾ ਮੈਂ ਅਰਜ ਕਰਦਾ ਹੁੰਦਾ ਹੈ ਅਸੀਂ ਪ੍ਰੇਮ ਆਪਣੇ ਆਪ ਨਾਲ ਹੀ ਕਰਨੇ ਆ ਇਹ ਦਿਖਾਵਾ ਹੈ ਵੀ ਮੇਰਾ ਮੇਰੇ ਪੁੱਤ ਨਾਲ ਪ੍ਰੇਮ ਹੈ ਮੇਰਾ ਮੇਰੇ ਧੀ ਨਾਲ ਪ੍ਰੇਮ ਹੈ ਜਿਹੜਾ ਪੁੱਤਰ ਤੈਨੂੰ ਨਾ ਸਾਂਭੇ ਉਹਨੂੰ ਬੇਦਖਲ ਕਿਉਂ ਕਰ ਦਿੰਦਾ ਫਿਰ ਜਿਹੜਾ ਪੁੱਤਰ ਤੇਰੇ ਆਖੇ ਨਾ ਲੱਗੇ ਉਹ ਤੈਨੂੰ ਚੰਗਾ ਨਹੀਂ ਲੱਗਦਾ ਪਿਆਰ ਤੇ ਆਪਣੇ ਆਪ ਨਾਲ ਹੀ ਹੈ ਜਿਹੜਾ ਇਹਨੂੰ ਸਾਂਭੇਗਾ ਉਹ ਪਿਆਰਾ ਹੈ ਜਿਹੜਾ ਨਹੀਂ ਸਾਂਭਦਾ ਉਹ ਨਕਾਰਾ ਹੈ ਤੇ ਪਿਆਰ ਤੇ ਆਪਣੇ ਆਪ ਨਾਲ ਹੀ ਹੈ ਸਾਡਾ ਜਿਹੜਾ ਸੁੱਖ ਦਏਗਾ ਉਹ ਪਿਆਰਾ ਹੈ ਇਹ ਸਰੀਰ ਨਾਲ ਪਿਆਰ ਹੈ ਸਾਡਾ ਤੇ ਧਿਆਨ ਦੇਣਾ ਗੁਰਮੁਖੋ ਇਹਨੂੰ ਕਿੰਨਾ ਸਾਂਭਿਆ ਵਿਆਹ ਹੋਇਆ ਬੱਚੇ ਹੋਏ ਪਰਿਵਾਰ ਹੋ ਗਿਆ ਇਹਨੂੰ ਸਾਂਭ ਸਾਂਭ ਰੱਖਿਆ ਪੜ੍ਹਾਈ ਕੀਤੀ ਇਹਦੇ ਵਾਸਤੇ ਘਰ ਬਣਾਏ ਕਿੰਨੇ ਸੁੱਖ ਸਹੂਲਤਾਂ ਮਿਲੀਆਂ ਪਰ ਗੁਰਮੁਖੋ ਇਹ ਸਾਡਾ ਬਣੇਗਾ ਇਸ ਗੱਲ ਦੀ ਗਰੰਟੀ ਹੈ ਕੋਈ ਬੰਦਾ ਬਾਂਹ ਖੜੀ ਕਰਕੇ ਕਹਿ ਸਕਦਾ ਵੀ ਇਹ ਸਰੀਰ ਮੈਨੂੰ ਧੋਖਾ ਨਹੀਂ ਦੇਗਾ ਨਹੀਂ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਯਾਰਾ ਛੱਡ ਤੇ ਨਹੀਂ ਜਾਏਗਾ ਕਿਤੇ ਮੈਨੂੰ ਧੋਖਾ ਤੇ ਨਹੀਂ ਦੇ ਜਾਏਗਾ ਪਰ ਆ ਧੋਖੇਬਾਜ਼ ਤੇ ਸਭ ਤੋਂ ਵੱਡਾ ਹੈ ਜਿਹਨੂੰ ਚੁੱਕੀ ਫਿਰਨੇ ਆ ਹਰ ਵੇਲੇ ਜਿਹਨੂੰ ਸਾਂਭ ਸਾਂਭ ਰੱਖਣੇ ਆ ਅੱਖਾਂ ਧੋਖਾ ਹੀ ਦੇ ਰਹੀਆਂ ਨੇ ਚਸ਼ਮੇ ਲੱਗ ਗਏ ਨੇ ਘੱਟ ਦਿਸਣ ਲੱਗ ਗਿਆ ਦੰਦ ਧੋਖਾ ਦੇ ਗਏ ਨੇ ਕਈਆਂ ਦੇ ਨਕਲੀ ਲੱਗੇ ਹੋਏ ਨੇ ਧੋਖਾ ਦੇ ਗਏ ਨੇ ਨਾ ਗੁਰਮੁਖੋ ਬਾਹਾਂ ਧੋਖਾ ਦੇ ਰਹੀਆਂ ਨੇ ਲੱਤਾਂ ਕੰਬ ਰਹੀਆਂ ਨੇ ਤਾਕਤ ਘੱਟ ਰਹੀ ਹੈ ਧੋਖਾ ਦੇ ਰਿਹਾ ਨਾ ਸਰੀਰ ਕਈਆਂ ਨੂੰ ਦਰੰਗ ਹੋਇਆ ਪਿਆ ਹੈ ਹੋਇਆ ਏਡਾ ਵੱਡਾ ਜਿਹਨੂੰ ਸਾਂਭ ਸਾਂਭ ਰੱਖਿਆ ਇਹ ਬੜਾ ਵੱਡਾ ਧੋਖੇਬਾਜ਼ ਹੈ ਭਰੋਸਾ ਤੇ ਇਹਦੇ ਤੱਕ ਇਹਦਾ ਕੋਈ ਨਹੀਂ ਬਣਨਾ ਤੇ ਇਹਨੇ ਨਹੀਂ ਸਾਡਾ ਇਹਦੇ ਤੋਂ ਪੈਦਾ ਹੋਏ ਸਾਡੇ ਕਿੱਥੋਂ ਬਣ ਜਾਣਗੇ ਆਖੋ ਸਤਨਾ ਲੈ ਵੀ ਐਵੇਂ ਹੀ ਮਾਨ ਕਰੀ ਫਿਰਨੇ ਆ ਪਤਾ ਨਹੀਂ ਅਸੀਂ ਕੀ ਬਣ ਗਏ ਮੇਰੇ ਦੋ ਪੁੱਤ ਮੇਰੇ ਚਾਰ ਪੁੱਤ ਠੀਕ ਹੈ ਰੱਖਣੇ ਨੇ ਪਾਲਣੇ ਨੇ ਸਾਂਭਣੇ ਨੇ ਪਰ ਇਹ ਗੱਲ ਜ਼ਰੂਰ ਖਿਆਲ 'ਚ ਰੱਖਣੀ ਹੈ ਵੀ ਇੱਕੋ ਵਾਹਿਗੁਰੂ ਦਾ ਨਾਂ ਹੀ ਹੈ ਜਿਹੜਾ ਨਾਲ ਜਾਣ ਵਾਲਾ ਹੈ ਜੇ ਗੱਲ ਸਮਝ ਲਈਏ ਬਸ ਕਿਰਪਾ ਹੋ ਗਈ ਬਣ ਗਏ ਗੁਰਮੁਖ ਬਣ ਗਏ ਖਾਲਸੇ ਬਸ ਇਹੀ ਗੱਲ ਸਮਝਣੀ ਹੈ
ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ। ਬਸ ਇੰਨੀ ਗੱਲ ਹੀ ਸਮਝਣੀ ਹੈ ਨਾ, ਹੋਰ ਤੇ ਕੁਛ ਵੀ ਨਹੀਂ। ਇੱਥੇ ਜਿਹਨੂੰ ਸੱਚ ਸਮਝਣੇ ਆ ਨਾ, ਮਹਾਰਾਜ ਕਹਿੰਦੇ ਨੇ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ। ਇਹ ਤੇ ਸੁਪਨੇ ਵਰਗਾ ਹੈ, ਸੁਪਨਾ ਵੇਖੋ ਕਮਾਲ ਦੀ ਬਾਤ ਹੈ। ਸੁਪਨਾ ਜਿਹੜੀ ਜ਼ਿੰਦਗੀ ਲੰਘ ਜਾਂਦੀ ਹੈ ਉਹ ਸੁਪਨਾ ਬਣ ਜਾਂਦੀ ਹੈ। ਜਿਨ੍ਹਾਂ ਦੇ ਵਿਆਹ ਹੋਏ ਨੇ ਇੱਕ ਸੁਪਨੇ ਵਾਂਗੂ ਯਾਦ ਹੀ ਨੇ, ਜਿਵੇਂ ਇੱਕ ਸੁਪਨੇ ਦੀ ਯਾਦ ਸਾਡੇ ਜਿਹਨ ਵਿੱਚ ਹੈ। ਰਾਤ ਇੱਕ ਸੁਪਨਾ ਆਇਆ ਸਾਡੇ ਦਿਮਾਗ 'ਚ ਹੈ, ਇਸੇ ਤਰ੍ਹਾਂ ਪਿਛਲੀ ਲੰਘੀ ਉਮਰ ਵੀ ਇੱਕ ਸੁਪਨੇ ਵਾਂਗੂ ਯਾਦ ਹੈ। ਜਿਹੜੀ ਜ਼ਿੰਦਗੀ ਲੰਘ ਜਾਂਦੀ ਹੈ ਉਹ ਸੁਪਨਾ ਬਣ ਜਾਂਦੀ ਹੈ। ਜਿਹੜੇ 20 ਸਾਲ ਦੇ ਨੇ ਉਹਨਾਂ ਦੇ ਪਿਛਲੇ 20 ਸਾਲ ਸੁਪਨਾ ਬਣ ਗਏ ਨੇ, ਸੁਪਨੇ ਵਾਂਗੂ ਯਾਦ ਨੇ, ਬਸ ਹੋਰ ਕੱਖ ਨਹੀਂ। ਜਿਹੜਾ ਦੀ 100 ਸਾਲ, ਜਿਨ੍ਹਾਂ ਦੀ 50-60 ਸਾਲ ਦੀ ਉਮਰ ਹੋ ਗਈ ਹੈ ਉਹਨਾਂ ਦੇ ਪਿਛਲੇ 50-60 ਸਾਲ ਸੁਪਨਾ ਬਣ ਗਏ ਨੇ। ਲੰਘ ਗਿਆ ਸਮਾਂ, ਸੁਪਨਾ ਬਣ ਰਿਹਾ ਹੈ, ਖਤਮ ਹੋ ਰਿਹਾ ਹੈ। ਇਸੇ ਕਰਕੇ ਮਹਾਰਾਜ ਸਾਹਿਬ ਨੇ ਆਖਿਆ ਹੈ, ਕਿਉਂ ਸੱਚ ਸੱਚ ਮੰਨੀ ਬੈਠਾ ਹੈ। ਇਹ ਤਾਂ ਜੱਗ ਸੁਪਨੇ ਦੀ ਨਿਆਈ ਹੈ, ਸੁਪਨੇ ਵਰਗਾ ਹੈ ਜਿਹਨੂੰ ਮਨਾ ਸੱਚ ਜਾਣਦਾ। ਇਹ ਤਾਂ ਜੱਗ ਸੁਪਨੇ ਦੀ ਨਿਆਈ ਹੈ ਜਿਹਨੂੰ ਮਨਾ ਸੱਚ ਜਾਣਦਾ। ਉੱਥੇ ਹਰੀ ਦੇ ਨਾਮ ਦੀਆਂ ਛਾਵਾਂ
ਹਰ ਦਰਗਾਹੀ ਖਰਚਾ ਵਾਟਾਂ ਨੇ ਦੂਰ ਦੀਆਂ ਬੰਦਿਆ ਵਾਟਾਂ ਨੇ ਦੂਰ ਦੀਆਂ ਪੱਲੇ ਬੰਨਣਾ ਤਪਤ ਬਹੁ ਕਾਮ ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਹ। ਕਹਿੰਦੇ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਂ ਹੀ ਹੈ ਗੁਰਮੁਖੋ ਜਿਹੜਾ ਉੱਥੇ ਛਾਂ ਕਰਦਾ ਹੈ। ਸਾਰੀ ਉਮਰ ਸਾਡੀ ਏਦਾਂ ਹੀ ਲੰਘ ਜਾਂਦੀ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਸਰੀਰ ਕਰਕੇ 41 ਸਾਲ 9 ਮਹੀਨੇ 15 ਦਿਨ ਦੀ ਸੀ। 41 ਸਾਲ 9 ਮਹੀਨੇ